ਦੇ ਦੇ ਦਾਨਿਆ ਆ ਕਿੰਨੇ ਕਿੰਨੇ ਕਿਲੋ ਦਾ ਹੋਣਾ? ਐ ਉਰਲਾ ਹੈ ਜੀ ਕੋਈ 6 ਕਿਲੋ ਦਾ, ਉਹ ਪਰਲਾ ਜਿਹੜਾ ਕੋਈ 8 ਕਿਲੋ ਦਾ। ਲੋ ਜੀ ਹੰਟਿੰਗ ਕੈਫੇ ਤੇ ਆਏ ਆ ਜਨਾਬ, ਤਾਜ਼ਾ ਫਿਸ਼ ਵੇਖੋ, ਤਾਜ਼ਾ ਫਿਸ਼ ਦਰਿਆਏ ਚਨਾਬ ਦੀ ਜੀ, ਇਹ ਤੁਸੀਂ ਵੇਖ ਸਕਦੇ ਹੋ। ਇਹਨਾਂ 'ਚ ਕਿੰਨੇ ਨਾਰ ਨੇ ਜੀ? ਅੱਛਾ, ਲੋ ਜੀ ਹੰਟਿੰਗ ਕੈਫੇ ਤੇ ਆਏ ਆ ਜਨਾਬ, ਤਾਜ਼ਾ ਫਿਸ਼ ਵੇਖੋ, ਤਾਜ਼ਾ ਫਿਸ਼ ਹੰਟਿੰਗ ਕੈਫੇ। ਲੋਕੇਸ਼ਨ ਵੀ ਜਨਾਬ ਤੁਹਾਨੂੰ ਦੱਸਦੇ ਹਾਂ ਜੀ, ਮਨਸੂਰ ਸਾਹਿਬ, ਦਨਾਨ ਸਾਹਿਬ, ਇਹ ਜਨਾਬ ਫੁਹਾਰਾ ਬਣੇ ਆ, ਇੱਥੇ ਨਿੱਕਾ ਜਿਹਾ ਤਲਾਬ ਬਣਾਏ ਆ ਨੇ। ਦਾਨਿਆ ਲਾਈ ਜ਼ਰਾ, ਵਿਖਾਏ ਜ਼ਰਾ ਵੀਵਰਾਂ ਨੂੰ, ਕੀ ਇਹ ਨਰ ਦਾ ਕਿੱਥੋਂ ਪਤਾ ਲੱਗਦਾ ਜ਼ਰਾ ਦੱਸੀ? ਅੱਛਾ, ਇਹ ਨਾਰੇ ਧਰ ਜ਼ਰਾ, ਆਇਆ ਧਰੀ ਜ਼ਰਾ ਟੱਪੇ, ਆਹ ਹਾ ਹਾ। ਲਓ ਜੀ ਆਹ ਸੇਲ ਹੋਣ ਲਾ, ਤੁਹਾਨੂੰ ਹੋਰ ਵੀ ਤਾਜ਼ੇ ਵੀ ਵਿਖਾਉਂਦੇ ਆ, ਇਹ ਵੇਖੋ ਵਿੱਚ ਤਾਜ਼ੇ ਫਿਰ ਧਰਦੇ ਜੀ। ਦਾਨਿਆ ਆ ਕਿੰਨੇ ਕਿੰਨੇ ਕਿਲੋ ਦਾ ਹੋਣਾ? ਐ ਉਰਲਾ ਹੈ ਜੀ ਕੋਈ 6 ਕਿਲੋ ਦਾ, ਉਹ ਪਰਲਾ ਜਿਹੜਾ ਕੋਈ 8 ਕਿਲੋ ਦਾ। ਅੱਛਾ, ਉਰਲਾ ਹੈ ਜੀ 4 ਕਿਲੋ ਦਾ, 4 ਕਿਲੋ, 5 ਕਿਲੋ ਤੇ 8 ਕਿਲੋ। ਪਾਣੀ ਵਿੱਚੋਂ ਛੋਟੇ ਦਸ ਦਿਸਦੇ ਨੇ ਵੀ, ਪਾਣੀ ਕਾਫੀ ਗਹਿਰਾ ਨਾ, ਉਹਦੇ ਕੰਡਾ ਫਿਰ ਵੀ ਨਜ਼ਰ ਆਉਂਦਾ। ਅੱਛਾ, ਪਾਣੀ ਕਾਫੀ ਗਹਿਰਾ। ਲਓ ਜੀ ਹੰਟਿੰਗ ਕੈਫੇ, ਤੁਹਾਨੂੰ ਲੋਕੇਸ਼ਨ ਦੱਸਦੇ ਹਾਂ, ਵੀਡੀਓ ਵੇਖਦਿਆਂ ਰਹਿਣਾ ਤੁਸੀਂ, ਫਿਰ ਤੁਹਾਨੂੰ ਲੋਕੇਸ਼ਨ ਦੱਸਣੀ ਹੈ ਜੀ। ਮਜ਼ੀਦ ਇੱਥੇ ਫਰੈਸ਼ ਮੱਛੀ ਫਿਸ਼ ਨਾਲ ਲੱਭੇਗੀ, ਉਸ ਤੋਂ ਬਾਅਦ ਛੋਟਾ ਗੋਸ਼ਤ ਲੱਭੇਗਾ ਤੁਹਾਨੂੰ ਫਰੈਸ਼, ਇਹ ਵੇਖ ਸਕਦੇ ਹੋ। ਮੁਰਗਾ ਉੱਥੇ ਡੱਕੀ ਕੋਈ ਨੇ ਹਲੇ, ਹੈ ਨਹੀਂ ਮੁਰਗੇ ਡੱਕੇ ਨੇ, ਦੋ ਤਿੰਨ। ਲੋਕੇਸ਼ਨ ਜਨਾਬ ਦਰਿਆ ਚਨਾਬ ਦੇ ਕਰੀਬ ਤਰੀਨ, ਮੁਰਗੇ ਤੁਹਾਨੂੰ ਲੱਭਣ ਦੇ ਕਿਲੋ ਡੇਢ ਕਿਲੋ ਤੱਕ ਜੀ, ਦੇਸੀ ਮੁਰਗੇ ਵੀ ਜਨਾਬ। ਇਹ ਫਿਸ਼ ਵੇਖੋ, ਉਸ ਤੋਂ ਬਾਅਦ ਇੱਧਰ ਜਨਾਬ ਤਾਜ਼ਾ, ਹਾਏ 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 ਹਾਏ, ਬਿਲਕੁਲ ਫਰੈਸ਼। ਇੱਧਰ ਯਾਰ ਮਾਰੋ ਕੈਮਰਾ ਮੇਰੇ ਦਾ, ਇੱਥੇ ਪੂਰੀ ਆ ਰਹੀ। ਅਸੀਂ ਆਏ ਸੀ ਜਨਾਬ, ਰੌਲਾ ਪਾਰ ਕੀਤਾ ਅਲਹਮਦੁਲਿਲਾ ਜੀ, ਇੱਥੇ ਹੰਡੀ ਕੈਫੇ ਅਤੇ ਇਹ ਸਾਰੇ ਦੋਸਤ ਲੁੱਤੇ ਨੇ ਉੱਧਰ ਹੀ ਹਾਓ ਜੀ। ਅਤੇ ਤੁਹਾਨੂੰ ਜਿਹੜਾ ਆਪ ਹੁਣ ਲੋਕੇਸ਼ਨ ਵੀ ਦੱਸਦੇ ਹਾਂ ਜੀ, ਲੋਕੇਸ਼ਨ ਇੱਧਰ ਆਓ ਜਰਾ, ਆਹ ਮੱਛੀਆਂ ਵਿਖਾ ਇੱਧਰ ਜਰਾ ਮਾਰੋ ਜੀ। ਇਹ ਸਾਈਡ ਤੋਂ ਰੋਡ ਆ ਰਿਹਾ ਜੀ ਜਲਾਲਪੁਰ ਜੱਟਾਂ ਗੁਜਰਾਤ ਤੋਂ ਜੀ, ਇਹ ਸਾਈਡ ਤੋਂ ਰੋਡ ਆ ਰਿਹਾ ਜਲਾਲਪੁਰ ਜੱਟਾਂ ਗੁਜਰਾਤ, ਇਹ ਸਾਈਡ 'ਤੇ ਜਾ ਰਿਹਾ ਜੀ ਸਿਆਲਕੋਟ ਜੀ, ਸਿਆਲਕੋਟ ਏਅਰਪੋਰਟ। ਅਤੇ ਬਿਲਕੁਲ ਦਰਿਆ ਚਨਾਬ ਦੇ ਕਿਨਾਰੇ 'ਤੇ ਹੰਟਿੰਗ ਕੈਫੇ, ਅਤੇ ਉੱਤੇ ਲਿਖਿਆ ਹੋਇਆ ਤਾਂ ਮਾਸ਼ਾਅੱਲਾ। ਅਤੇ ਇਹ ਫਿਸ਼ ਦੀਆਂ ਜਿਹੜੀਆਂ ਨਾ ਇਹ ਲਾਈਟਾਂ ਜਿਹੜੀਆਂ ਲੱਗੀਆਂ ਫਿਸ਼ ਦੀਆਂ, ਅਤੇ ਮਜ਼ੀਦ ਜਨਾਬ ਜਿਹੜੇ ਇੱਥੇ ਦੇ ਨੇ ਨਾ ਜੀ, ਰੋਟੀ ਛੋਟੀ ਜਿਹੜੇ ਤਲਫ ਲਾ ਦੇ ਨੇ, ਉਹਨਾਂ ਬਿਲਕੁਲ ਹੰਡਿੰਗਾਂ ਦੀਆਂ ਜਿਹੜੀਆਂ ਨਾ ਵਰਦੀਆਂ ਪਾਈਆਂ ਨੇ ਅਦਰੋਂ ਹਾਰ। ਅਤੇ ਇਹ ਤਕਰੀਬਨ ਹੰਡਿੰਗ ਦੇ ਰਿਲੇਟਿਡ ਹੀ ਬਣਿਆ, ਮਾਸ਼ਾਅੱਲਾ ਬਹੁਤ ਪਿਆਰਾ ਵਿਊ ਹੈ ਜੀ। ਅਤੇ ਜਿਹੜੀ ਤੁਹਾਨੂੰ ਫਿਸ਼ ਇੱਥੋਂ ਤੁਹਾਨੂੰ ਫਰੈਸ਼ ਲੱਭੇਗੀ ਜੀ, ਬਿਲਕੁਲ ਫਰੈਸ਼ ਫਿਸ਼ ਜਿਹੜੀ ਤੁਹਾਨੂੰ ਲੱਭੇਗੀ ਇੱਥੋਂ, ਤਾਜ਼ਾ ਦਰਿਆ ਚਨਾਬ ਦੀ ਜੀ, ਇਹ ਤੁਸੀਂ ਵੇਖ ਸਕਦੇ ਹੋ। ਇਹਨਾਂ 'ਚ ਕਿੰਨੇ ਨਾਰ ਨੇ ਜੀ? ਅੱਛਾ, ਦੋ ਨਾਰ ਦੋ ਮਾਦੀਆਂ। ਅੱਛਾ, ਸੈਂਟਰ ਜੇ ਇੱਧਰ ਵਾਲਾ ਠੀਕ ਹੋ ਗਿਆ, ਜਿਹੜਾ ਯਾਨੀ ਕਿ ਹੈ ਇੱਧਰ, ਇਹ ਦੋ ਮਾਦੀਆਂ ਨੇ ਜੀ, ਅਤੇ ਇਹ ਨਾਰ ਹੈ ਜੀ, ਠੀਕ ਹੈ ਜੀ। ਅਤੇ ਇੱਧਰ ਆ ਜ਼ਰਾ ਕਿ ਵਿਖਾਇਓ ਜੀ ਫਿਰ ਜੀ ਫਿਸ਼ ਜੀ, ਇਹ ਵੇਖੋ ਜੀ ਹਿਲ ਰਹੀ, ਦਾਨੇ ਲਾਈ ਜ਼ਰਾ ਜੀ, ਆ ਤੁਸੀਂ ਵੇਖੋ
ਇਹ ਵਿਕਣੇ ਵਾਸਤੇ ਆਈ ਹੁਣ? ਇਹ ਲਾਲ ਕਿੰਨੀ ਚਿਰ ਆ ਵਿੱਚ ਸੀ ਨਾ ਇਹ, ਤੇ ਲਾਲ ਕਿੰਨੇ ਚਿਰ ਚ ਹੋਵੇ ਦੀ ਜੀ? ਚੋਟ ਮਾਰੀ ਜਾਏ ਸਿਰ ਤੇ? ਵਾਹ ਵਾਹ। ਤੇ ਇਹ ਤਕਰੀਬਨ ਕੀ ਰੇਟ ਚੱਲ ਰਿਹਾ ਫਿਸ਼ ਦਾ ਤਕਰੀਬਨ ਕੋ ਪਤਾ? ਲਓ ਜੀ ਤੁਹਾਨੂੰ ਲੋਕੇਸ਼ਨ ਸਾਰੀ ਦੱਸ ਦਿੱਤੀ ਹੈ, ਰਸ਼ ਵੇਖ ਸਕਦੇ ਹੋ ਤੁਸੀਂ। ਉਹ ਸ਼ਾਇਦ ਸਾਡਾ ਕੁਛ ਹੋਰ ਦੋਸਤ ਆਏ ਨੇ ਜੀ ਇੱਥੇ, ਅਤੇ ਫਿਸ਼ ਦਾ ਰੇਟ ਵੀ ਤੁਹਾਨੂੰ ਦੱਸਦੇ। ਜਾਓ ਹੋਰ ਸ਼ਾਰਾਂ ਕੋਲ ਪੁੱਛੋ ਹਾਂ ਕੀ ਰੇਟ ਹੈ ਫਿਸ਼ ਦਾ। ਲਓ ਜੀ ਦੇਸੀ ਮੁਰਗ ਜਿਹੜਾ ਨਾ ਕਾਲੀ ਮਿਰਚ ਦੇ ਵਿੱਚ ਦੇ ਰਹੇ ਨੇ 3300 ਰੁਪਏ ਕਿਲੋ, ਅਤੇ ਉਸ ਤੋਂ ਬਾਅਦ ਜਿਹੜੀ ਫਿਸ਼ ਹੈ ਇਹ ਤੁਹਾਨੂੰ ਲੱਭੇਗੀ ਜਿਹੜੀ ਇਹ ਫਰਾਈ 1800 ਤੋਂ, ਅਤੇ ਗ੍ਰਿਲ ਲੱਭੇਗੀ ਤੁਹਾਨੂੰ 2000 ਤੋਂ। ਅਤੇ ਮਟਨ ਜੀ, ਮਟਨ ਜਿਹੜਾ 3200 ਰੁਪਏ ਦਾ ਜੀ। ਅਤੇ ਲੋਕੇਸ਼ਨ ਤੁਸੀਂ ਵੇਖੋ, ਮਾਸ਼ਾਅੱਲਾ ਬਹੁਤ ਪਿਆਰਾ ਵਿਊ ਹੈ ਜੀ। ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਜੀ ਮਜ਼ੀਦ ਜੀ। ਉਮੀਦ ਕਰਨਾ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਦੀ ਜੀ। ਅਤੇ ਅੱਜ ਦੀ ਵੀਡੀਓ ਅਤੇ ਇਹ ਛੋਟਾ ਜਿਹਾ ਵਲੋਗ ਕਰਨੇ ਜਨਾਬ ਖਤਮ। ਮੈਨੂੰ ਦਿਓ ਇਜਾਜ਼ਤ, ਨੈਕਸਟ ਵੀਡੀਓ ਹੋਣੇ ਤੱਕ ਜ਼ਿਆਦਾ ਆਪਣਾ ਖਿਆਲ ਰੱਖਿਓ, ਆਪਣੀਆਂ ਖਾਸ ਦੁਆਵਾਂ 'ਚ ਮੈਨੂੰ ਯਾਦ ਰੱਖਿਓ, ਅਤੇ ਇਨਸ਼ਾਅੱਲਾ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਨਾਲ। ਅੱਲਾ ਹਾਫਿਜ਼ ਜੀ।